ਸ਼ਾਹ ਤੁਹਾਡੇ ਸਾਹਮਣੇ ਹੈ ਜੀ, ਬਹੁਤ ਪਰਮਾਤਮਾ ਦੀ ਕਿਰਪਾ ਵਾ। ਬਿਲਕੁਲ ਲੋਕ ਆਪ ਮਾਰੇ ਆਏ ਆ, ਮਤਲਬ ਇਹ ਨੀ ਕੋਈ ਵੀ ਅਸੀਂ ਸੱਦੇ ਆ ਜਿੱਦਾਂ ਬਾਕੀ ਲੀਡਰ ਸੱਦੇ ਆ ਜਾਂ ਕੋਈ ਦੇ ਕੇ ਆਪਾਂ ਉਹਨਾਂ ਨੂੰ ਲਾਲਚ ਦੇ ਕੇ, ਇਹ ਲੋਕ ਆਪ ਆਏ ਆ ਤੇ ਭਾਈ ਸਾਹਿਬ ਨੂੰ ਪ੍ਰੇਮ ਕਰਦੇ ਆ, ਸਿੱਖੀ ਨੂੰ ਪ੍ਰੇਮ ਕਰਦੇ ਆ। ਤੇ ਜਿਹੜੇ ਵੀ ਮਤਲਬ ਆਪਣੇ ਘੱਟ ਗਿਣਤੀਆਂ ਦੇ ਨਾਲ ਜਿਹੜੇ ਵੀ ਕੋਈ ਧੱਕੇ ਹੁੰਦੇ ਆ ਜਾਂ ਕੋਈ ਨਸ਼ੇ ਦੇ ਮਾਮਲੇ ਲਾ ਲਓ ਜਾਂ ਹੋਰ ਵੀ ਕਈ ਪ੍ਰਕਾਰ ਦੇ ਜਿੱਦਾਂ ਆਪਣੇ ਲੋਕਾਂ ਨੂੰ ਦਬਾਇਆ ਜਾਂਦਾ, ਉਹਦੇ ਨਾਲ ਅਸੀਂ ਖੜਾਂਗੇ, ਡਟ ਕੇ ਖੜਾਂਗੇ ਜੀ। ਹਾਂਜੀ, ਬਿਲਕੁਲ ਕੀਤਾ ਜਾਣਾ ਚਾਹੀਦਾ ਜੀ। ਉਹ ਮੈਂਡੇਟ ਵੇਖੋ ਵੀ ਕਿੰਨੇ ਲੋਕ ਉਹਨਾਂ ਦੇ ਮਗਰ ਆ, ਤੇ ਇਸ ਕਰਕੇ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ। ਜਿੱਦਾਂ ਭਾਈ ਸਿਮਰਜੀਤ ਸਿੰਘ ਮਾਨ ਨੂੰ ਵੀ ਉਦੋਂ ਕੀਤਾ ਗਿਆ ਸੀਗਾ ਇਸੇ ਵਿਆਹ ਤੇ ਕਿ ਇੱਕ ਬੰਦੇ ਦੇ ਮਗਰ ਇੰਨੇ 4-5 ਲੱਖ ਬੰਦਾ, 6 ਲੱਖ ਕਿੰਨੀ ਵੋਟ ਪੈਂਦੀ ਉਸ ਹਿਸਾਬ ਦੇ ਨਾਲ, ਇਸ ਕਰਕੇ ਸਰਕਾਰ ਨੂੰ ਦੇਖਣਾ ਚਾਹੀਦਾ ਇਹ ਚੀਜ਼। ਬਿਲਕੁਲ, ਬੰਦੀ ਸਿੰਘ ਤੇ ਅਸੀਂ ਉਹ ਜਿਹੜੇ ਜਗਤਾਰ ਸਿੰਘ ਹਵਾਰਾ, ਭਾਈ ਤਾਰਾ, ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ। ਅਸੀਂ ਬੰਦੀ ਸਿੰਘ ਅਸੀਂ ਉਹਨਾਂ ਨੂੰ ਹੀ ਮੰਨਦੇ ਆ। ਚਲੋ ਭਾਈ ਸਾਹਿਬ ਨੂੰ ਤੇ 1 ਸਾਲ ਹੋਇਆ ਵਾ, ਪਰ ਇਹ ਆ ਵੀ ਚਲੋ ਅਸੀਂ ਉਹਨਾਂ ਲਈ ਵੀ ਅਸੀਂ ਤੇ ਕਰਾਂਗੇ ਜੀ, ਡਟ ਕੇ ਹਿੰਮਤ ਕਰਾਂਗੇ ਉਹਨਾਂ ਨੂੰ ਬਾਹਰ ਲਿਆਉਣ ਵਾਸਤੇ, ਭਾਵੇਂ ਸਾਨੂੰ ਚੋਣਾਂ ਦਾ ਸਹਾਰਾ ਲੈਣਾ ਪਵੇ ਜਾਂ ਕਿੱਦਾਂ ਕਰਨਾ ਪਵੇ। ਸੰਗਤ ਨੂੰ ਅਪੀਲ ਤੇ ਮੈਂ ਕੀ ਕਰਨੀ, ਸੰਗਤ ਦਾ ਉਦਾਂ ਹੀ ਬਹੁਤ ਸਹਿਯੋਗ ਆ, ਬਹੁਤ ਉਤਸ਼ਾਹ ਆ ਸੰਗਤ ਚ। ਹੁਣ ਇਹ ਤੋਂ ਬਾਅਦ ਸੰਗਤ ਨੂੰ ਕੀ ਅਪੀਲ ਕਰੀਏ, ਬਹੁਤ ਪਿਆਰ ਦੇ ਰਹੀ ਸੰਗਤ। ਪੰਜਾਬ ਚ ਮੇਨ ਮੁੱਦਾ ਨਸ਼ਿਆਂ ਦਾ ਵਾ, ਨਸ਼ਿਆਂ ਦੀ ਪਹਿਲਾਂ ਠੱਲ ਪਾਈ ਜਾਓ, ਪੰਜਾਬ ਦੀ ਨੌਜਵਾਨੀ ਬਚਾਈ ਜਾਓ, ਬਾਅਦ ਚ ਫਿਰ ਜਿਹੜਾ ਕੋਈ ਕਾਰਜ ਆ ਉਹ ਵੇਖਿਆ ਜਾਓ। ਕਿਸੇ ਪਾਰਟੀ ਸ਼ਾਹ ਤੁਹਾਡੇ ਸਾਹਮਣੇ ਹੈ ਜੀ, ਬਹੁਤ ਪਰਮਾਤਮਾ ਦੀ ਕਿਰਪਾ ਵਾ। ਬਿਲਕੁਲ ਲੋਕ ਆਪ ਮਾਰੇ ਆਏ ਆ, ਮਤਲਬ ਇਹ ਨੀ ਕੋਈ ਵੀ ਅਸੀਂ ਸੱਦੇ ਆ ਜਿੱਦਾਂ ਬਾਕੀ ਲੀਡਰ ਸੱਦੇ ਆ ਜਾਂ ਕੋਈ ਦੇ ਕੇ ਆਪਾਂ ਉਹਨਾਂ ਨੂੰ ਲਾਲਚ ਦੇ ਕੇ, ਇਹ ਲੋਕ ਆਪ ਆਏ ਆ ਤੇ ਭਾਈ ਸਾਹਿਬ ਨੂੰ ਪ੍ਰੇਮ ਕਰਦੇ ਆ, ਸਿੱਖੀ ਨੂੰ ਪ੍ਰੇਮ ਕਰਦੇ ਆ। ਤੇ ਜਿਹੜੇ ਵੀ ਮਤਲਬ ਆਪਣੇ ਘੱਟ ਗਿਣਤੀਆਂ ਦੇ ਨਾਲ ਜਿਹੜੇ ਵੀ ਕੋਈ ਧੱਕੇ ਹੁੰਦੇ ਆ ਜਾਂ ਕੋਈ ਨਸ਼ੇ ਦੇ ਮਾਮਲੇ ਲਾ ਲਓ ਜਾਂ ਹੋਰ ਵੀ ਕਈ ਪ੍ਰਕਾਰ ਦੇ ਜਿੱਦਾਂ ਆਪਣੇ ਲੋਕਾਂ ਨੂੰ ਦਬਾਇਆ ਜਾਂਦਾ, ਉਹਦੇ ਨਾਲ ਅਸੀਂ ਖੜਾਂਗੇ, ਡਟ ਕੇ ਖੜਾਂਗੇ ਜੀ। ਹਾਂਜੀ, ਬਿਲਕੁਲ ਕੀਤਾ ਜਾਣਾ ਚਾਹੀਦਾ ਜੀ। ਉਹ ਮੈਂਡੇਟ ਵੇਖੋ ਵੀ ਕਿੰਨੇ ਲੋਕ ਉਹਨਾਂ ਦੇ ਮਗਰ ਆ, ਤੇ ਇਸ ਕਰਕੇ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ। ਜਿੱਦਾਂ ਭਾਈ ਸਿਮਰਜੀਤ ਸਿੰਘ ਮਾਨ ਨੂੰ ਵੀ ਉਦੋਂ ਕੀਤਾ ਗਿਆ ਸੀਗਾ ਇਸੇ ਵਿਆਹ ਤੇ ਕਿ ਇੱਕ ਬੰਦੇ ਦੇ ਮਗਰ ਇੰਨੇ 4-5 ਲੱਖ ਬੰਦਾ, 6 ਲੱਖ ਕਿੰਨੀ ਵੋਟ ਪੈਂਦੀ ਉਸ ਹਿਸਾਬ ਦੇ ਨਾਲ, ਇਸ ਕਰਕੇ ਸਰਕਾਰ ਨੂੰ ਦੇਖਣਾ ਚਾਹੀਦਾ ਇਹ ਚੀਜ਼। ਬਿਲਕੁਲ, ਨਹੀਂ ਬੰਦੀ ਸਿੰਘ ਤੇ ਅਸੀਂ ਉਹ ਜਿਹੜੇ ਜਗਤਾਰ ਸਿੰਘ ਹਵਾਰਾ, ਭਾਈ ਤਾਰਾ, ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ। ਅਸੀਂ ਬੰਦੀ ਸਿੰਘ ਅਸੀਂ ਉਹਨਾਂ ਨੂੰ ਹੀ ਮੰਨਦੇ ਆ। ਚਲੋ ਭਾਈ ਸਾਹਿਬ ਨੂੰ ਤੇ 1 ਸਾਲ ਹੋਇਆ ਵਾ, ਪਰ ਇਹ ਆ ਵੀ ਚਲੋ ਅਸੀਂ ਉਹਨਾਂ ਲਈ ਵੀ ਅਸੀਂ ਤੇ ਕਰਾਂਗੇ, ਡਟ ਕੇ ਹਿੰਮਤ ਕਰਾਂਗੇ ਉਹਨਾਂ ਨੂੰ ਬਾਹਰ ਲਿਆਉਣ ਵਾਸਤੇ, ਭਾਵੇਂ ਸਾਨੂੰ ਚੋਣਾਂ ਦਾ ਸਹਾਰਾ ਲੈਣਾ ਪਵੇ ਜਾਂ ਕਿੱਦਾਂ ਕਰਨਾ ਪਵੇ। ਸੰਗਤ ਨੂੰ ਅਪੀਲ ਤੇ ਮੈਂ ਕੀ ਕਰਨੀ, ਸੰਗਤ ਦਾ ਉਦਾਂ ਹੀ ਬਹੁਤ ਸਹਿਯੋਗ ਆ, ਬਹੁਤ ਉਤਸ਼ਾਹ ਆ ਸੰਗਤ ਚ। ਹੁਣ ਇਹ ਤੋਂ ਬਾਅਦ ਸੰਗਤ ਨੂੰ ਕੀ ਅਪੀਲ ਕਰੀਏ, ਬਹੁਤ ਪਿਆਰ ਦੇ ਰਹੀ ਸੰਗਤ। ਪੰਜਾਬ ਚ ਮੇਨ ਮੁੱਦਾ ਨਸ਼ਿਆਂ ਦਾ ਵਾ, ਨਸ਼ਿਆਂ ਦੀ ਪਹਿਲਾਂ ਠੱਲ ਪਾਈ ਜਾਓ, ਪੰਜਾਬ ਦੀ ਨੌਜਵਾਨੀ ਬਚਾਈ ਜਾਓ, ਬਾਅਦ ਚ ਫਿਰ ਜਿਹੜਾ ਕੋਈ ਕਾਰਜ ਆ ਉਹ ਵੇਖਿਆ ਜਾਓ। ਕਿਸੇ ਪਾਰਟੀ